ਅਰ ਕਿਸੇ ਨੇ ਪੁੱਛਿਆ ਕਿ ਗੁੱਸਾ ਅਸਲ ਵਿੱਚ ਕੀ ਚੀਜ਼ ਆ, ਤਾਂ ਜਿਹਦੇ ਕੋਲੋਂ ਪੁੱਛਿਆ ਗਿਆ ਉਹ ਬਹੁਤ ਬੁੱਧੀਮਾਨ ਸੀ, ਉਹਨੇ ਜਵਾਬ ਦਿੱਤਾ, ਗੁੱਸਾ ਕਿਸੇ ਦੀ ਗਲਤੀ ਦੀ ਖੁਦ ਨੂੰ ਦਿੱਤੇ ਜਾਣ ਵਾਲੀ ਸਜ਼ਾ ਦਾ ਨਾਂ ਆ। ਮਤਲਬ ਗਲਤੀ ਕਿਸੇ ਦੀ ਹੈ ਤੇ ਸਜ਼ਾ ਤੁਸੀਂ ਖੁਦ ਨੂੰ ਦੇ ਰਹੇ ਆ, ਉਹਦਾ ਨਾਂ ਆ ਗੁੱਸਾ। ਤੁਹਾਨੂੰ ਗੁੱਸਾ ਕਦੋਂ ਆਉਂਦਾ ਹੈ? ਜਦੋਂ ਕੋਈ ਜਣਾ ਗਲਤੀ ਕਰਦਾ ਹੈ, ਕਿਸੇ ਨੇ ਕੁਛ ਗਲਤ ਕੀਤਾ ਤੇ ਤੁਹਾਨੂੰ ਗੁੱਸਾ ਆ ਜਾਂਦਾ, ਤੁਹਾਡੀ ਇੱਛਾ ਦੇ ਅਨੁਸਾਰ ਨਹੀਂ ਕੀਤਾ ਤੇ ਤੁਹਾਨੂੰ ਗੁੱਸਾ ਆ ਜਾਂਦਾ। ਉਹ ਗਲਤ ਕਰਕੇ ਚਲਿਆ ਗਿਆ, ਉਹਨੇ ਜੋ ਕਹਿਣਾ ਸੀ ਉਹ ਕਹਿ ਕੇ ਚਲਿਆ ਗਿਆ, ਜੋ ਕਰਨਾ ਸੀ ਕਰਕੇ ਚਲਿਆ ਗਿਆ। ਪਿੱਛੇ ਤੁਹਾਡੇ ਕੋਲ ਕੀ ਆ? ਗੁੱਸਾ। ਔਰ ਜਦੋਂ ਤੁਸੀਂ ਗੁੱਸਾ ਕਰਦੇ ਆ, ਤੁਸੀਂ ਕਿਹਨੂੰ ਦੁੱਖ ਦੇ ਰਹੇ ਆ? ਜਦੋਂ ਤੁਹਾਨੂੰ ਗੁੱਸਾ ਆਉਂਦਾ ਆ ਤੇ ਤੁਸੀਂ ਕਿਹਨੂੰ ਦੁੱਖ ਦਿੰਦੇ ਆ? ਆਪਣੇ ਆਪ ਨੂੰ। ਤੁਸੀਂ ਇਕੱਲੇ ਬੈਠੇ ਹੋਏ ਵੀ ਗੁੱਸਾ ਕਰਦੇ ਆ, ਖੁਦ ਨੂੰ ਦੁੱਖ ਦਿੰਦੇ ਆ। ਤਾਂ ਕਿਸੇ ਦੀਆਂ ਗਲਤੀਆਂ ਦੀ ਸਜ਼ਾ ਜਦੋਂ ਤੁਸੀਂ ਆਪਣੇ ਉੱਤੇ ਭੋਗਦੇ ਆ ਤੇ ਉਹਦਾ ਨਾਂ ਆ ਗੁੱਸਾ। ਤੇ ਜਦ ਵੀ ਗੁੱਸਾ ਆਏ ਤਾਂ ਸਮਝੋ ਕਿ ਤੁਸੀਂ ਕਿਸੇ ਦੀ ਗਲਤੀ ਦੀ ਸਜ਼ਾ ਖੁਦ ਨੂੰ ਦੇ ਰਹੇ ਹੋ। ਔਰ ਗੁੱਸੇ ਤੋਂ ਸ਼ਾਂਤੀ ਪਾਉਣ ਦੇ ਲਈ ਸਾਨੂੰ ਮਾਫ਼ ਕਰਨਾ ਸਿੱਖਣਾ ਹੋਊਗਾ।